ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਅੱਜ ਪਹੁੰਚੇ ਹੋਏ ਹਾਂ ਲੁਧਿਆਣੇ, ਚੰਡੀਗੜ੍ਹ ਸੀਗੇ ਅਤੇ ਚੰਡੀਗੜ੍ਹੋਂ ਲੁਧਿਆਣੇ ਆਏ ਸੀ। ਅਤੇ ਇੱਕ ਆਪਾਂ ਪਿਛਲੇ ਦਿਨੀ ਇੱਕ ਪੇਂਟਿੰਗ ਦਿਖਾਈ ਸੀ ਬਾਈ ਸੁਖਪ੍ਰੀਤ ਸਿੰਘ ਆਰਟਿਸਟ ਹੋਣਾ ਦੀ, ਲਾਹੌਰ ਦਰਬਾਰ ਦੀ। ਉਹ ਵੀਡੀਓ ਬਹੁਤ ਦੇਖੀ ਸਾਰੇ ਵੀਰਾਂ ਭਰਾਵਾਂ ਨੇ, ਬਹੁਤ ਸ਼ੇਅਰ ਵੀ ਕੀਤੀ ਆ। ਅੱਜ ਬਾਈ ਸੁਖਪ੍ਰੀਤ ਆਰਟਿਸਟ ਉਹਨਾਂ ਕੋਲ ਫਿਰ ਪਹੁੰਚੇ ਹੋਏ ਹਾਂ ਅਤੇ ਆਹ ਪੇਂਟਿੰਗ ਬਾਰੇ ਆਪਾਂ ਗੱਲਬਾਤ ਕਰਾਂਗੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ, ਹੁਣ ਆਪਾਂ ਦੂਜੇ ਲੋਟ ਕੈਮਰਾ ਘੁਮਾ ਕੇ ਬਾਈ ਹੁਣਾਂ ਦੇ ਮਾਈਕ ਲਾ ਕੇ ਸਮਾਰ ਕੇ ਗੱਲਬਾਤ ਕਰਾਂਗੇ, ਠੀਕ ਆ ਸਰ? ਓਕੇ, ਆ ਸਾਹਮਣੇ ਜਿਹੜੀ ਪੇਂਟਿੰਗ ਦਿਸਦੀ ਆ, ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਬਾਈ ਹੁਣਾਂ ਨਾਲ। ਇਹ ਪੇਂਟਿੰਗ ਦੇਖ ਕੇ ਪਤਾ ਲੱਗ ਜਾਂਦਾ ਵੀ ਇਹ ਦਿੱਲੀ ਮੋਰਚੇ ਨੂੰ ਰੀਪ੍ਰਜੈਂਟ ਕਰਦੀ ਹੈ। ਦਿੱਲੀ ਮੋਰਚਾ ਜਿਹੜਾ ਲੱਗਿਆ ਲੰਮਾ ਸਮਾਂ, ਸ਼ੰਭੂ ਮੋਰਚਾ ਟਿਕਰੀ ਗਾਜ਼ੀਪੁਰ ਬਾਰਡਰ 'ਤੇ, ਸਿੰਘੂ ਮੋਰਚਾ। ਚਲੋ ਬਾਈ ਜੀ ਆ ਜਾਓ ਫਿਰ ਦੱਸੋ। ਬਾਈ ਜੀ ਇਹ ਜਿਹੜਾ ਇਹ ਚਿੱਤਰ ਆ, ਕਿਸਾਨ ਅੰਦੋਲਨ ਦੀ ਜਿੱਤ ਵਾਲਾ ਚਿੱਤਰ ਆ ਇਹ। ਇਹਦੇ 'ਚ ਹੋਇਆ ਕੀ ਵੀ ਜਦੋਂ ਕਿਸਾਨ ਅੰਦੋਲਨ ਨੇ ਏਕਤਾ ਦਿਖਾਈ, ਜਿਹਨੂੰ ਆਪਾਂ ਕਹਿੰਦੇ ਹਾਂ ਇਕੱਠ ਲੋਹੇ ਦੀ ਲੱਠ ਜੀ, ਜਦੋਂ ਤੁਰੇ ਤਾਂ ਇਹ ਇਕੱਠ ਦੇ ਵਿੱਚ ਹਰ ਵਰਗ ਹਰ ਉਮਰ ਦੇ ਲੋਕ ਸੀ। ਜ਼ਿਆਦਾਤਰ ਚਿੱਟੀਆਂ ਦਾੜੀਆਂ ਵਾਲਿਆਂ ਦਾ ਇਹ ਸਟਾਰਟ ਸੀਗਾ ਜੀ ਬਾਈ, ਪਰ ਨੌਜਵਾਨ ਉਹਨਾਂ ਨੂੰ ਜੁਆਇਨ ਕਰ ਗਏ। ਤੁਸੀਂ ਇੱਥੇ ਦੇਖਿਆ ਹੋਣਾ ਵੀ ਉਹ ਇਕੱਠ ਅੱਗੇ ਨੂੰ ਵੱਧਦਾ ਹੋਇਆ ਆ ਰਿਹਾ। ਇਹ ਉਹ ਪੁਆਇੰਟ ਸੀ ਜਦੋਂ ਉਹਨਾਂ ਨੇ ਪਹਿਲਾਂ ਨਾਕਾ ਤੋੜ ਲਿਆ ਸੀ। ਉਹ ਨਾਕਾ ਤੋੜਨ ਵੇਲੇ ਕੀ ਹੋਇਆ ਵੀ ਪੁਲਿਸ ਵੀ ਬਹੁਤ ਗਿਣਤੀ 'ਚ ਸੀਗੀ, ਜਿਹੜੇ ਬੈਰੀਅਰ ਲਾਏ ਗਏ ਸੀਗੇ ਉੱਥੋਂ ਟੀਅਰ ਸ਼ੈਲ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸੀ, ਜਿਵੇਂ ਆਹ ਡਿੱਗੇ ਨੇ ਉਹ ਡਿੱਗੇ ਨੇ, ਠੀਕ ਹੈ ਜੀ। ਇੱਥੋਂ ਅਥਰੂ ਗੈਸ ਦਾ ਗੋਲਾ ਵਾਪਸ ਸੁੱਟਿਆ ਗਿਆ। ਉਹ ਜਦੋਂ ਉਹਨੂੰ ਉਹ ਕੰਟਰੋਲ ਕਰਦੇ ਆ ਤਾਂ ਪੰਜਾਬ ਨੇ ਛਾਲ ਮਾਰੀ, ਪੰਜਾਬ ਦੇ ਮਗਰ ਹਰਿਆਣੇ ਨੇ ਛਾਲ ਮਾਰੀ, ਕਿਉਂਕਿ ਪੰਜਾਬ ਮੋਹਰੀ ਸੀਗਾ। ਹਾਂਜੀ, ਕੋਈ ਵੀ ਛੇੜਾ ਛੇੜ ਨਾ ਹੋਵੇ ਪੰਜਾਬ ਮੋਹਰੀ ਹੁੰਦਾ, ਠੀਕ ਹੈ। ਬਿਲਕੁਲ। ਅਤੇ ਦੇਖੋ ਸਾਰਿਆਂ ਨਾਲੋਂ ਜ਼ਰੂਰੀ ਚੀਜ਼ ਮੈਨੂੰ ਇਹ 'ਚ ਇਹ ਲੱਗੀ ਵੀ ਜਿਹੜੇ ਬੈਰੀਕੇਡਸ ਯੈਲੋ ਅਤੇ ਬਲੈਕ ਜਿਹੜੇ ਆ ਬੈਰੀਕੇਡਸ ਨੇ, ਹਾਂਜੀ, ਇਹ ਲਾਏ ਗਏ ਟਰੈਕਟਰਾਂ ਦੀ ਭੱਜ ਦੌੜ ਜਾਂ ਜੋਸ਼ ਜਿਹੜਾ ਸੀਗਾ ਉਹਦੇ ਨਾਲ ਬੈਰੀਕੇਡ ਟੁੱਟ ਗਏ ਜੀ। ਤੋ ਸੋਚਣ ਵਾਲੀ ਗੱਲ ਇਹ ਆ ਵੀ ਉਹਨਾਂ ਹਿੰਮਤੀ ਲੋਕਾਂ ਨੇ, ਔਰਤਾਂ ਨੇ ਉਹੀ ਬੈਰੀਕੇਡਾਂ ਦੇ ਚੁੱਲ੍ਹੇ ਬਣਾ ਲਏ। ਹਾਂ ਬਿਲਕੁਲ ਜੀ। ਅਤੇ ਉਹੀ ਚੁੱਲ੍ਹਿਆਂ ਉੱਤੇ ਜਿਹੜਾ ਲੰਗਰ ਬਣਿਆ ਉਸੀ ਪੁਲਿਸ ਨੂੰ ਰੱਜ ਕੇ ਖਵਾਇਆ। ਕਿਆ ਬਾਤ। ਇੱਥੇ ਬਜ਼ੁਰਗ ਇਹੀ ਕਹਿ ਰਿਹਾ ਵੀ ਬਾਈ ਜੀ ਇੱਕ ਮਿੰਟ ਜ਼ਰਾ ਤੁਹਾਡੇ ਲੰਗਰ ਲਾਉਣ ਚੱਲਿਆ, ਤੁਹਾਨੂੰ ਤਕੜੇ ਕਰ ਲਈਏ, ਕੋਈ ਚੱਕਰ ਨਹੀਂ ਵੀ ਸਾਡੀ ਇਹ ਆਦਤ ਆ, ਅਸੀਂ ਲੰਗਰ ਸਭ ਨੂੰ ਛਕਾਉਣਾ, ਤਕੜੇ ਸਭ ਨੂੰ ਰੱਖਣਾ। ਬਿਲਕੁਲ ਠੀਕ ਹੈ ਜੀ। ਸੋ ਦੇਖੋ ਬੜੇ ਆਨੰਦ ਨਾਲ ਛਕਿਆ ਜਾ ਰਿਹਾ ਲੰਗਰ, ਕੋਈ ਡਿਸਕ੍ਰਿਮੀਨੇਸ਼ਨ ਨਹੀਂ, ਇਹ ਸਾਰਿਆਂ ਲਈ ਆ। ਇੱਥੇ ਦੇਖੋ ਤੁਸੀਂ ਜਦੋਂ ਮੈਟਰੋਪੋਲੀਟਨ ਦਿੱਲੀ ਆ, ਇਹ ਮੈਟਰੋਪੋਲੀਟਨ ਦੀਆਂ ਬਿਲਡਿੰਗ ਸ਼ੋਅ ਕਰਦੀਆਂ ਵੀ ਮਹਾਨਗਰ, ਵਿੱਚ ਬੰਗਲਾ ਸਾਹਿਬ ਵੀ ਆਪਾਂ ਨੂੰ ਦਿਖਣ ਲੱਗ ਜਾਂਦਾ। ਬਿਲਕੁਲ ਜੀ। ਮਹਾਨਗਰ ਦੇ ਲੋਕ ਕੋਠਿਆਂ 'ਤੇ ਚੜ੍ਹ ਗਏ, ਕਹਿੰਦੇ ਹੈ ਇਹ ਕੌਣ ਲੋਕ ਆ ਰਹੇ ਨੇ, ਪਰ ਉਹ ਇੱਕ ਇਹੋ ਜਿਹੇ ਮੂਡ 'ਚ, ਵੈਲਕਮਿੰਗ ਮੂਡ 'ਚ ਉਹਨਾਂ ਸਾਰਿਆਂ ਨੇ ਕੋਠੇ ਚੜ੍ਹ ਕੇ ਸਵਾਗਤ ਕੀਤਾ। ਹੁਣ ਟਰੈਕਟਰ 'ਤੇ ਦੇਖੋ ਤੁਸੀਂ ਸਵਰਾਜ ਆ, ਬੀਬੀ ਚਲਾ ਕੇ ਲਿਆ ਰਹੀ ਆ, ਇੱਧਰ ਕੁੜੀਆਂ ਐਸ਼ਰ 'ਤੇ ਆਈਆਂ ਨੇ, ਦੇਖੋ ਉਹ ਸਟੇਅਰਿੰਗ ਘੁੰਮ ਗਿਆ, ਦੂਜੀ ਕੁੜੀ ਨੇ ਸਟੇਅਰਿੰਗ ਫੜ ਕੇ ਸਿੱਧਾ ਕਰਤਾ, ਹੈ ਨਾ। ਕਿਆ ਬਾਤ। ਇੱਧਰ ਇੰਟਰਨੈਸ਼ਨਲ ਆ ਗਿਆ ਜੀ, ਸੋਨਾਲਿਕਾ ਆ ਗਿਆ, ਜੌਨ ਡੀਅਰ ਆ ਗਿਆ, ਆਹ ਫੋਰਡ ਆ ਗਿਆ, ਕੋਈ ਵੀ ਇੱਦਾਂ ਛੱਡਿਆ ਨਹੀਂ, ਠੀਕ ਹੈ ਜੀ ਜੀ। ਆਹ ਹਰਿਆਣੇ ਦੀਆਂ ਕੁੜੀਆਂ ਦੇਖੋ ਬਾਈਕ 'ਤੇ, ਇੱਧਰ ਪੰਜਾਬ ਦੇ ਮੁੰਡੇ ਆ ਗਏ ਤਿੰਨ ਭਾਈ, ਡਬਲ ਜੂ ਮੁੱਛਾਂ ਵਾਲੇ। ਕਿਆ ਬਾਤ ਹੈ। ਇੱਧਰ ਫਿਰ ਆਪਣੇ ਪੀਏਯੂ ਵਾਲੇ ਦਿਖਾਏ, ਦੋ ਪਟਾਕੇ ਮਾਰਦੇ ਜਾਂਦੇ ਆ, ਹੁਣ ਤਾਂ ਬੰਦ ਹੋ ਗਏ ਨਾ ਇਹ, ਠੀਕ ਹੈ ਜੀ। ਸਹੀ ਹੈ ਜੀ। ਅਤੇ ਬਾਕੀ ਜਿਹੜੀ ਆਹ ਪਾਣੀ ਦੇ ਛਿੜਕਾਅ, ਜਿਹੜਾ ਵਿਛਾੜਾਂ ਮਾਰੀਆਂ ਜਾਂਦੀਆਂ ਨੇ ਅਕਸਰ ਧਰਨਿਆਂ 'ਤੇ ਮਾਰੀਆਂ ਜਾਂਦੀਆਂ, ਸਾਰੇ ਕਿਤੇ ਆਮ ਗੱਲ ਆ। ਬਿਲਕੁਲ ਜੀ। ਵੀ ਜਦੋਂ ਇਹ ਪ੍ਰੈਸ਼ਰ ਚੱਲਿਆ ਪੂਰਾ ਤੇਜ਼, ਉਦੋਂ ਬਾਈ ਨਵਦੀਪ ਚੜ੍ਹਿਆ ਸੀਗਾ, ਹੈ ਨਾ, ਉਹਨੇ ਬੰਦ ਕੀਤਾ ਜੀ, ਹੈ ਨਾ ਜੀ। ਅਤੇ ਉਹ ਅਤੇ ਉਹ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਵੀ ਬੀਬੀ ਮਹਿੰਦਰ ਕੌਰ ਦਾ ਬਰਨਾਲੇ ਵਾਲੀ ਦਾ ਪੇਚਾ ਪੈ ਗਿਆ ਸੀ ਕੰਗਣਾ ਨਾਲ। ਹਾਂਜੀ। ਇਹ ਬੀਬੀ ਮਹਿੰਦਰ ਕੌਰ ਦਾ ਦੇਖੋ, ਹੈਗੀ ਨਾ ਬੀਬੀ। ਬਿਲਕੁਲ ਜੀ। ਅਤੇ ਝੰਡਾ ਫੜਿਆ ਬੀਬੀ ਦਾ, ਆਪਦਾ ਛੁਟਾਇਆ ਜਾਂਦਾ, ਠੀਕ ਆ। ਬਿਲਕੁਲ ਜੀ। ਅਤੇ ਆਪਾਂ ਕਿਸੇ ਦਾ ਵੀ ਇਹ ਨਹੀਂ ਵੀ ਆਪਾਂ ਕਿਸੇ ਨੂੰ ਭੁੱਲ ਜਾਈਏ ਜਾਂ ਉਹਨਾਂ ਦਾ, ਕਿਉਂਕਿ ਹਿਸਟਰੀ ਡਾਕੂਮੈਂਟਡ ਕੀਤੀ ਆ, ਜੋ ਹੋਇਆ ਨਾ ਮੈਂ ਬਦਲ ਸਕਦਾ ਨਾ ਤੁਸੀਂ ਬਦਲ ਸਕਦੇ ਹੋ ਜੀ, ਪਰ ਇੱਕ ਕਲਾਕਾਰ ਦੀ ਇੱਕ ਡਿਊਟੀ ਹੋ ਜਾਂਦੀ ਆ ਵੀ ਕਵੀ ਨੇ ਕਵੀ ਰਾਹੀਂ ਕਹਿਣੀ ਆ, ਲੇਖਕ ਨੇ ਲੇਖਕ ਰਾਹੀਂ, ਖਬਰਾਂ ਵਾਲਿਆਂ ਨੇ ਖਬਰਾਂ ਦੇਣੀਆਂ ਨੇ, ਅਸੀਂ ਰੰਗਾਂ ਨਾਲ ਗੱਲ ਕਰਨੀ ਆ, ਠੀਕ ਆ ਜੀ। ਬਿਲਕੁਲ ਜੀ। ਸੋ ਇੱਥੇ ਤੁਸੀਂ ਦੇਖੋ ਆ ਜਿਹੜਾ ਟਰੈਕਟਰ ਮੂਹਰੇ ਲੱਗਿਆ, ਇਹ ਬਾਈ ਆ ਉਹਦੀ ਵਾਈਫ ਆ ਨਾਲ, ਹੈ ਨਾ, ਜੌਨ ਡੀਅਰ 'ਤੇ ਆਇਆ ਵਿਰਕ ਲਿਖਿਆ ਮੂਹਰੇ, ਕਿਉਂਕਿ ਕਰਨਾਲ 'ਚ ਵਿਰਕਾਂ ਨੇ ਕੁਛ ਚੰਗੀ ਜੋਸ਼ ਦਿਖਾਤੇ ਸੀਗੇ ਜੀ, ਹੈ ਨਾ, ਬਾਕੀ ਤੁਸੀਂ ਜਾਣਦੇ ਹੀ ਹੋ, ਹੈ ਨਾ। ਬਿਲਕੁਲ। ਅਤੇ ਬਾਕੀ ਸਾਰੇ ਬਾਈ ਜੀ ਨਿੰਘ ਦੇ ਦੋ ਘੋੜੇ ਆਪਾਂ ਉੱਥੇ ਉੱਥੇ ਲਾਲ ਕਿਲੇ ਦੇ ਬਾਹਰ ਅਥਰੂ ਗੈਸ ਨਾਲ ਮਰ ਗਏ ਸੀ। ਹਾਂ ਮਰੇ ਸੀ। ਬਾਅਦ 'ਚ ਇੱਧਰ ਕੋਟ ਗੰਗੂਰਾ ਪਿੰਡ ਕੋਈ ਬਾਬਾ ਜੀ ਬੰਦਿਆਂ ਨੇ ਰਲ ਕੇ ਇੱਧਰ ਉਹਨਾਂ ਨੂੰ 5 ਲੱਖ ਦੇ ਘੋੜੇ ਵਧੀਆ ਦਵਾਏ ਦਿਓ। ਬਿਲਕੁਲ ਜੀ। ਸੋ ਤਾਂ ਘੋੜਾ 'ਤੇ ਨਿੰਘ ਵੀ ਦਿਖਾਏ ਨੇ। ਅਤੇ ਇੱਥੇ ਮੀਡੀਆ ਦੇਖੋ ਵੀ ਉਹੀ ਸਕਰੀਨ 'ਚ ਬਜ਼ੁਰਗ ਆ ਅਤੇ ਉਹੀ ਇੱਥੇ ਸਕਰੀਨ 'ਚ ਵੀ ਆਇਆ ਹੋਇਆ। ਪੰਜਾਬ 'ਚ ਇੱਕ ਵਿਲੱਖਣਤਾ ਇਹ ਆ ਵੀ ਇੱਥੇ ਕੀ ਹੁੰਦਾ ਵੀ ਚਾਚਾ ਜੀ ਕਾਮਰੇਡ ਹੁੰਦੇ ਨੇ, ਇੱਕ ਭਾਈ ਅਕਾਲੀ ਹੁੰਦਾ, ਦੂਆ ਭਾਈ ਕਾਂਗਰਸ 'ਚ ਹੁੰਦਾ, ਤੀਜਾ ਕਿਸਾਨ ਯੂਨੀਅਨ ਦਾ ਹੱਡ ਹੁੰਦਾ ਆਪਣਾ ਪਤਾਇਆ, ਔਰ ਉਹ ਸਾਰੇ ਰਲ ਕੇ ਖਾਂਦੇ ਪੀਂਦੇ, ਕਦੇ ਕਿਸੇ ਨਾਲ ਬਹਿਸਦੇ ਨਹੀਂ ਵੀ ਚਾਚਾ ਤੂੰ ਕਾਮਰੇਡ ਨਾਲ ਪਰੇ ਹੋ ਕੇ ਰੋਟੀ ਖਾ, ਇੱਦਾਂ ਦੀ ਕੋਈ ਗੱਲ ਨਹੀਂ। ਹਾਂਜੀ। ਇੱਥੇ ਤਾਂ ਹੀ ਦੇਖੋ ਆਹ ਵੀ ਝੰਡਾ, ਨੀਲਾ ਵੀ ਆ, ਪੀਲਾ ਵੀ ਆ, ਹੈ ਨਾ, ਲੈਮਨ ਯੈਲੋ,
ਲੈਮਨ ਯੈਲੋ ਤੇ ਗ੍ਰੀਨ ਮੈਨੂੰ ਇਹ ਲੱਗਿਆ ਵੀ ਖੇਤ ਆ ਨਾ ਜਿਹੜੇ ਸੰਤ ਕਿਰਪਾ ਤੇ ਸੁੱਕਾ ਹਰਿਆ ਜਾਂ ਕਹਿੰਦੇ ਉੱਚੀ ਹਰੀ ਆ ਅੱਖ ਹਰਾ ਦੇਖਣਾ ਚਾਹੁੰਦੀ ਆ ਡਾਕਟਰ ਆਪਰੇਸ਼ਨ ਕਰਕੇ ਵੀ ਅੱਖ ਤੇ ਹਰਾ ਪੜਦਾ ਲਾਉਂਦਾ ਜੀ ਬਿਲਕੁਲ ਠੀਕ ਹੈ ਨਾ ਜੀ ਮਾਰੂਥਲ ਚ ਹਰੇ ਦੀ ਘਾਟ ਸੀ ਤਾਂ ਇਸਲਾਮ ਦਾ ਝੰਡਾ ਵੀ ਹਰਾ ਹੋਇਆ ਹਰਾ ਇੱਕ ਇਨਸਾਨ ਦੀ ਨਾ ਇੱਕ ਫਿਤਰਤ ਆ ਹਰਾ ਦੇਖਣਾ ਚਾਹੁੰਦਾ ਲਦਾਖ ਚ ਦੂਰੋਂ ਤੁਹਾਨੂੰ ਬੰਨਿਆ ਕਿ ਪਿੰਡ ਦੀਦਾ ਹਰਾ ਤੁਸੀਂ ਜਾਨ ਚ ਜਾਨ ਆ ਜਾਂਦੀ ਹੈ ਸੋ ਹਰਾ ਤੇ ਲੈਮਨ ਯੈਲੋ ਚੁਣਨਾ ਸਹੀ ਰੰਗ ਸੀਗੇ ਜੀ ਬਿਲਕੁਲ ਤੇ ਇਹ ਤੋਂ ਬਾਅਦ ਨਾਕੇ ਤੋਂ ਬਾਅਦ ਦੇਖੋ ਨਾਕੇ ਤੇ ਤਾਰਾਂ ਲੱਗੀਆਂ ਬਾਈ ਰਸੋਈ ਵਾਲਾ ਦਸਤਾਨਾ ਲੈ ਕੇ ਆ ਗਿਆ ਗੱਲ ਏ ਕੋਈ ਨੀ ਖਿੱਚਣ ਨੂੰ ਹਨਾ ਹਾਂਜੀ ਤੇ ਇਹ ਤੋਂ ਬਾਅਦ ਕਿਸਾਨ ਜਿਹੜੇ ਮਸ਼ਹੂਰ ਸੀਗੇ ਜਿਨ੍ਹਾਂ ਦੇ 65 ਤੇ 71 ਦੀ ਲੜਾਈ ਲੜੀ ਸੀ ਬਾਬਾ ਜੀ ਨੇ ਉਹਨਾਂ ਦੀ ਅੱਖ ਜ਼ਖਮੀ ਹੋ ਗਈ ਸੀ ਜੀ ਕਿਸੇ ਦੀ ਬਾਂਹ ਟੁੱਟ ਗਈ ਸੀ ਹਨਾ ਕਮਰ ਕਰੇ ਵਾਲ ਬਾਈ ਝਾੜੂ ਲਾ ਰਿਹਾ ਬਾਈ ਜੀ ਸਫਾਈ ਦਾ ਵੀ ਆਪਣੇ ਬੰਦੇ ਨੇ ਸਫਾਈ ਦਾ ਬਹੁਤ ਖਿਆਲ ਰੱਖਿਆ ਬਹੁਤ ਰੱਖਿਆ ਜੀ ਸੋ ਝਾੜੂ ਲੱਗ ਰਿਹਾ ਜੀ ਠੀਕ ਹੈ ਜੀ ਤੇ ਉਹ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਪੰਜਾ ਦੌੜੀ ਆ ਇਹ ਇੱਕ ਨੌਟ ਪਲੇਸ ਟਾਈਪ ਇੱਦਾਂ ਦਿਖਾਇਆ ਵੀ ਸਿਟੀ ਦਾ ਸੈਂਟਰ ਤੇ ਫਿਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਹੋਰ ਬੰਦੇ ਸ਼ਾਮਿਲ ਨਹੀਂ ਸੀ ਨਰੇਸ਼ ਟਕੈਤ ਜਿਹੜਾ ਰਕੇਸ਼ ਟਕੈਤ ਦਾ ਭਾਈ ਸੀ ਜਿਹਨੂੰ ਯੂਪੀ ਤੋਂ ਸੱਦਿਆ ਸੀ ਇੱਥੇ ਦੇਖੋ ਪਰਨਾ ਉਹਦੇ ਵਾਲਾ ਦੇਖੋ ਟਕੈਤ ਹੁਣੀ ਵੀ ਆ ਗਏ ਯੂਪੀ ਤੇ ਯੂਪੀ ਵਾਲੇ ਆ ਜੀ ਬਿਲਕੁਲ ਇਹ ਵੀ ਦਿਖਾਏ ਆਪਾਂ ਠੀਕ ਹੈ ਜੀ ਤੇ ਬਾਕੀ ਹਰ ਚਿੱਤਰ ਨੂੰ ਸਮਝਣ ਦਾ ਤਰੀਕਾ ਹਰ ਬੰਦੇ ਦਾ ਆਪਣਾ ਬਿਲਕੁਲ ਤੇ ਓਵਰਆਲ ਇਹ ਸਾਰਾ ਇਹੀ ਦਿਖਾਇਆ ਵੀ ਜਿਹੜਾ ਜਿਹੜੀ ਜਿਹੜੀ ਯੂਨਾਈਟਿਡ ਹੋਈ ਰਾਈਜ਼ ਡਿਵਾਈਡਿਡ ਹੋਈ ਫਾਲ ਨਾ ਅੰਗਰੇਜ਼ਾਂ ਨੇ ਆਪਾਂ ਨੂੰ ਇੱਕੋ ਇੱਕੋ ਹੀ ਲਾਈਨ ਸੀਗੀ ਇਹ ਜਿਹੜੀ ਲਾਲਾ ਹਰਦਿਆਲ ਨੇ ਬੋਲੀ ਸੀਗੀ ਜਦੋਂ ਐਸੇ ਸਭ ਤੋਂ ਮਸ਼ਹੂਰ ਐਸੇ ਲਿਖਿਆ ਗਿਆ ਸੀ ਵੀ ਸਭ ਤੋਂ ਵੱਧ ਦੇਖਦੇ ਹਾਂ ਐਸੇ ਵਧੀਆ ਕੌਣ ਲਿਖਦਾ ਬ੍ਰਿਟਿਸ਼ ਰਾਜ ਤੇ ਤਾਂ ਉਹਨੇ ਲਿਖਿਆ ਸੀ ਡਿਵਾਈਡ ਐਂਡ ਰੂਲ ਪਰ ਇਹ ਅੰਗਰੇਜ਼ਾਂ ਦੀ ਉਹ ਕਹਾਵਤ ਸਾਨੂੰ ਦਿੱਤੀ ਹੋਈ ਹੈ ਵੀ ਟੁਗੈਦਰ ਵੀ ਰਾਈਜ਼ ਡਿਵਾਈਡਿਡ ਵੀ ਫਾਲ ਵੀ ਇਹ ਇੱਕ ਉਦਾਹਰਨ ਸੀ ਪੰਜਾਬ ਦੀ ਵੀ ਨਹੀਂ ਇਕੱਠੇ ਹੋਣ ਨਾਲ ਸਾਰੇ ਸਮਾਜ ਨੂੰ ਲੈ ਕੇ ਚੱਲਣ ਨਾਲ ਹਾਂ ਬਿਲਕੁਲ ਜੀ ਵੀ ਇਹ ਇਹਦੇ 'ਚੋਂ ਕੀ ਖੱਟਿਆ ਕੀ ਪਾਇਆ ਇਹਦੇ 'ਚ ਨਹੀਂ ਅਸੀਂ ਚਾਹਵਾਂਗੇ ਵੀ ਕੀ ਗਾਹਾਂ ਮਿਲੂ ਕੀ ਨਹੀਂ ਹੋਊ ਪਰ ਇਹ ਇੱਕ ਐਗਜ਼ਾਮਪਲ ਸੈੱਟ ਹੋ ਗਈ ਸਾਡੀ ਪੇਸ਼ੈਂਸ ਦੀ ਫਿਰ ਦਿੱਲੀ ਦੇ ਲੋਕਾਂ ਨੂੰ ਜਿਹੜੀ ਰੋਟੀ 25-30 ਸਾਲ ਦੀ ਉਹਨਾਂ ਨੇ ਖਾ ਕੇ ਦੇਖੀ ਸੀ ਉਹਨਾਂ ਨੂੰ ਅਸੀਂ ਔਖੇ ਟਾਈਮ 'ਚ ਖਵਾਈ ਆ ਹਜੇ ਚੰਗੇ ਟਾਈਮ 'ਚ ਨਹੀਂ ਪਰ ਉਹ ਉਸ ਰੋਟੀ ਨੂੰ ਦਿੱਲੀ ਯਾਦ ਕਰਦੀ ਅੱਜ ਵੀ ਉਸ ਲੰਗਰ ਨੂੰ ਬਿਲਕੁਲ ਬਿਲਕੁਲ ਸੋ ਇਸ ਚਿੱਤਰ ਨੂੰ ਰੰਗਾਂ ਰਾਹੀਂ ਪ੍ਰਗਟ ਕੀਤਾ ਗਿਆ ਜੀ ਇਹਨੂੰ 100 ਦਿਨ ਲੱਗਿਆ ਸੀ ਬਣਾਉਣ ਤੇ 100 ਦਿਨ 100 ਦਿਨ ਲੱਗਿਆ ਸੀ ਜੀ ਠੀਕ ਹੈ ਜੀ ਸੋ ਠੀਕ ਹੈ ਜੀ ਸਭ ਦੀ ਆਪਣੀ ਆਪਣੀ ਅੱਖ ਹੈ ਜੀ ਹਾਂ ਸੋ 1 ਸਾਲ ਦਾ ਲੰਮਾ ਸੰਘਰਸ਼ ਆ ਜਿਹੜਾ ਉਹ ਸਾਰੇ ਦਾ ਸਾਰਾ ਬਾਈ ਹੁਣਾਂ ਨੇ ਚਿਤਰਿਆ ਹੋਇਆ ਠੀਕ ਹੈ ਜੀ ਬਾਈ ਸੁਖਪ੍ਰੀਤ ਸਿੰਘ ਆਰਟਿਸਟ ਲੇਖਕ ਵੀ ਆ ਬਾਈ ਹੁਣ ਟਰੈਵਲਰ ਵੀ ਆ ਫੁੱਟਬਾਲਰ ਵੀ ਹੋਰ ਵੀ ਬੜੇ ਗੁਣ ਹੈ ਉਹ ਕਦੇ ਫੇਰ ਦੱਸਾਂਗੇ ਤੇ ਬਾਈ ਜੀ ਬੜੀ ਖੁਸ਼ੀ ਆ ਬਾਈ ਕੋ ਦਾਵੀਰ ਤੇ ਦੇਵਵੀਰ ਨਾਲ ਆਏ ਨੇ ਅੱਜ ਤੇ ਮਾਰਚ 2022 ਅਸੀਂ ਇਕੱਠੇ ਹੋਏ ਹਾਂ ਹਾਂ ਬਹੁਤ ਵਧੀਆ ਸ਼ੁਕਰੀਆ ਜੀ ਵੀਡੀਓ ਵਾਚ ਕਰਨ ਲਈ ਸ਼ੁਕਰੀਆ ਸਕਾ ਬਾਈ ਜੀ